ਸਿੱਧੂ ਮੂਸੇਵਾਲਾ ਕਿਸੇ ਵੀ ਪਹਿਚਾਨ ਦਾ ਮੁਹਤਾਜ ਨਹੀਂ ਹੈ। ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕ ਮੌਜੂਦ ਨੇ। ਤਾਂ ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ 'ਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਇੱਕ ਹੋਰ ਬੁੱਤ ਹੁਣ ਸਿਰਸਾ ਦੇ ਵਿੱਚ ਬਣਾ ਦਿੱਤਾ ਗਿਆ ਹੈ, ਜਿਸਦਾ ਕਿ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ। ਤਾਂ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ ਤੇ ਸਿੱਧੂ ਦੇ ਗਾਣਿਆਂ ਤੇ ਉਹ ਨੱਚਦੇ ਨਜ਼ਰ ਆਏ ਨੇ। ਦੱਸ ਦਈਏ ਕਿ ਮੌਕੇ ਤੇ ਸਿੱਧੂ ਦੇ ਪਰਿਵਾਰ 'ਚੋਂ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ ਤੇ ਥਾਪੀ ਮਾਰੀ ਗਈ ਸੀ। ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤਾਂ ਵੱਡੀ ਗੱਲ ਤਾਂ ਇਹ ਸੀ ਕਿ ਮੌਕੇ ਤੇ ਨਾ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਿਖੇ ਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ। ਸਿੱਧੂ ਮੂਸੇਵਾਲਾ ਕਿਸੇ ਵੀ ਪਹਿਚਾਨ ਦਾ ਮੁਹਤਾਜ ਨਹੀਂ ਹੈ। ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕ ਮੌਜੂਦ ਨੇ। ਤਾਂ ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ 'ਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਇੱਕ ਹੋਰ ਬੁੱਤ ਹੁਣ ਸਿਰਸਾ ਦੇ ਵਿੱਚ ਬਣਾ ਦਿੱਤਾ ਗਿਆ, ਜਿਸਦਾ ਕਿ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ। ਤਾਂ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ ਤੇ ਸਿੱਧੂ ਦੇ ਗਾਣਿਆਂ ਤੇ ਉਹ ਨੱਚਦੇ ਨਜ਼ਰ ਆਏ ਨੇ। ਦੱਸ ਦਈਏ ਕਿ ਮੌਕੇ ਤੇ ਸਿੱਧੂ ਦੇ ਪਰਿਵਾਰ 'ਚੋਂ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ ਤੇ ਥਾਪੀ ਮਾਰੀ ਗਈ ਸੀ। ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤਾਂ ਵੱਡੀ ਗੱਲ ਤਾਂ ਇਹ ਸੀ ਕਿ ਮੌਕੇ ਤੇ ਨਾ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਿਖੇ ਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ। ਸਿੱਧੂ ਮੂਸੇਵਾਲਾ ਕਿਸੇ ਵੀ ਪਹਿਚਾਨ ਦਾ ਮੁਹਤਾਜ ਨਹੀਂ ਹੈ। ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕ ਮੌਜੂਦ ਨੇ। ਤਾਂ ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ 'ਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਇੱਕ ਹੋਰ ਬੁੱਤ ਹੁਣ ਸਿਰਸਾ ਦੇ ਵਿੱਚ ਬਣਾ ਦਿੱਤਾ ਗਿਆ, ਜਿਸਦਾ ਕਿ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ। ਤਾਂ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ ਤੇ ਸਿੱਧੂ ਦੇ ਗਾਣਿਆਂ ਤੇ ਉਹ ਨੱਚਦੇ ਨਜ਼ਰ ਆਏ ਨੇ। ਦੱਸ ਦਈਏ ਕਿ ਮੌਕੇ ਤੇ ਸਿੱਧੂ ਦੇ ਪਰਿਵਾਰ 'ਚੋਂ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ ਤੇ ਥਾਪੀ ਮਾਰੀ ਗਈ ਸੀ। ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤਾਂ ਵੱਡੀ ਗੱਲ ਤਾਂ ਇਹ ਸੀ ਕਿ ਮੌਕੇ ਤੇ ਨਾ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਿਖੇ ਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ।